ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਆ ਤੁਹਾਡਾ ਨਵੀਂ ਵੀਡੀਓ ਵਿੱਚ ਹੁਣ ਜਿਵੇਂ ਕਿ ਤੁਸੀਂ ਵੀਡੀਓ ਦੀ ਟਾਈਟਲ ਤੇ ਥੰਬਨੇਲ ਤੋਂ ਦੇਖ ਲਿਆ ਹੋਣਾ ਆ ਵੀਡੀਓ ਹੈਗੀ ਹੈ ਹੈਲਥ ਰਿਲੇਟਡ ਆਪਾਂ ਇਹ ਵੀਡੀਓ ਵਿੱਚ ਤੁਹਾਨੂੰ ਇਦਾਂ ਦੇ ਸਾਈਨਸ ਬਾਰੇ ਗੱਲ ਕਰਾਂਗੇ ਹਨਾ ਇਦਾਂ ਦੇ ਸਿੰਪਟਮਸ ਬਾਰੇ ਗੱਲ ਕਰਾਂਗੇ ਜਿਹੜੇ ਆਪਣੀ ਬਾਡੀ ਵਿੱਚ ਆਉਂਦੇ ਹੁੰਦੇ ਨੇ ਜਦੋਂ ਆਪਣੀ ਬਾਡੀ ਵਿੱਚ ਕੋਈ ਚੀਜ਼ ਦੀ ਘਾਟ ਹੋਵੇ ਕੋਈ ਨਿਊਟ੍ਰੀਐਂਟ ਦੀ ਘਾਟ ਹੋਵੇ ਹੁਣ ਨਿਊਟ੍ਰੀਐਂਟ ਉਹ ਚੀਜ਼ ਨੂੰ ਕਹਿੰਦੇ ਹੁੰਦੇ ਨੇ ਜਿਹੜੀ ਤਾਕਤ ਜਿਹੜੀ ਐਨਰਜੀ ਆਪਾਂ ਨੂੰ ਆਪਣੇ ਫੂਡ ਤੋਂ ਮਿਲਦੀ ਆ ਜ ਕੋਸ਼ ਪ੍ਰੋਸੈਸਿੰਗ ਹੁੰਦਾ ਆਪਣੀ ਬਾਡੀ ਉਹ ਫੂਡ ਚੋਂ ਜਿੰਨੇ ਵੀ ਮਿਨਰਲ ਹੁੰਦੇ ਨੇ ਜਿੰਨੇ ਵੀ ਵਿਟਾਮਿਨਸ ਹੁੰਦੇ ਨੇ ਆਇਰਨ ਜ਼ਿੰਕ ਉਹ ਸਾਰੀਆਂ ਚੀਜ਼ਾਂ ਜੋ ਕਿ ਆਪਣੀ ਬਾਡੀ ਨੂੰ ਚਾਹੀਦੀਆਂ ਨੇ ਹਨਾ ਵਧੀਆ ਫੰਕਸ਼ਨ ਕਰਨ ਲਈ ਉਹ ਸਾਰਾ ਕੁਝ ਆਪਣੇ ਫੂਡ ਤੋਂ ਐਕਸਟ੍ਰੈਕਟ ਹੁੰਦਾ ਹਨਾ ਜੋ ਆਪਾਂ ਖਾਣਾ ਖਾਂਦੇ ਆ ਤੇ ਜਦੋਂ ਕੋਈ ਵੀ ਉਹ ਚੀਜ਼ ਜਿੰਨੇ ਆਪਣੀ ਬਾਡੀ ਨੂੰ ਲੋਡ ਹੁੰਦੀ ਆ ਉਹ ਤੋਂ ਘਟ ਹੁੰਦੀ ਆ ਤਾਂ ਆਪਣੀ ਬਾਡੀ ਆਪਾਂ ਨੂੰ ਸਾਈਨਸ ਭੇਜਣ ਲੱਗ ਜਾਂਦੀ ਆ ਆਪਾਂ ਨੂੰ ਸਿਗਨਲ ਭੇਜਣ ਲੱਗ ਜਾਂਦੀ ਆ ਤੇ ਉਹ ਸਿਗਨਲ ਅਕਸਰ ਸਿੰਪਟਮਸ ਹੁੰਦੇ ਨੇ ਜਾਂ ਆਪਣੀ ਬਾਡੀ ਚ ਕੋਈ ਦਰਦ ਹੋਣ ਲੱਗ ਜਾਂਦਾ ਜਾਂ ਆਪਣੇ ਸ਼ਰੀਰ ਦੇ ਉੱਤੇ ਕੋਈ ਨਿਸ਼ਾਨ ਪੈ ਜਾਂਦਾ ਕੋਈ ਘਾਟ ਪੈ ਜਾਂਦਾ ਮਤਲਬ ਪਤਾ ਲੱਗ ਜਾਂਦਾ ਵੀ ਕੋਈ ਘਾਟਾ ਕੋਈ ਚੀਜ਼ ਦੀ। ਤੋਂ ਇਹ ਵੀਡੀਓ ਲਈ ਆਪਾਂ ਤੁਹਾਡੇ ਲਈ ਸੱਤ ਸਿੰਪਟਮਸ ਲੈ ਕੇ ਆਏ ਆ ਜੋ ਕਿ ਤੁਹਾਨੂੰ ਆਪਦੀ ਬੋਡੀ ਵੇਸ ਦਿਖਣਗੇ ਜੇ ਤੁਹਾਡੇ ਵਿੱਚ ਕੋਈ ਵੀ ਨਿਊਟ੍ਰੀਐਂਟ ਕੋਈ ਵੀ ਚੀਜ਼ ਦੀ ਘਾਟ ਆ। ਤੋਂ ਬਿਨਾਂ ਟਾਈਮ ਵੇਸਟ ਕੀਤੇ ਆਪਾਂ ਸ਼ੁਰੂ ਕਰਦੇ ਆ। ਹੁਣ ਜਿਹੜਾ ਤੁਹਾਡੇ ਬੁੱਲਾਂ ਦੇ ਆਲੇ-ਦਾਲੇ ਮਾਸ ਆ ਜੇ ਉਹ ਤੁਹਾਡਾ ਮਾਸ ਖਰਾਬ ਜਿਹਾ ਹੋਣ ਲੱਗਿਆ ਜਾਂ ਜਿਹੜਾ ਉਹ ਮਾਸ ਆ ਉਹ ਪਾੜਨ ਲੱਗ ਜਾਂਦਾ ਜਾਂ ਜਿਹੜੇ ਤੁਹਾਡੇ ਪੈਰ ਦੀ ਹੱਡੀ ਆ ਉਹ ਵਾਲਾ ਮਾਸ ਬਹੁਤ ਹਾਰਡ ਹੋ ਜਾਂਦਾ ਤੇ ਉਹ ਵੀ ਉੱਥੇ ਪਾੜਨ ਲੱਗ ਜਾਂਦਾ। ਇਹਦਾ ਮਤਲਬ ਆ ਵੀ ਤੁਹਾਡੇ ਸਰੀਰ ਵਿੱਚ ਵਿਟਾਮਿਨ ਬੀ ਮੈਂ ਬੀ ਆ ਜੋ ਉਹ ਆਪਣੇ ਸਕਿਨਰ ਲਈ ਰਿਸਪੌਂਸਿਬਲ ਹੁੰਦਾ ਆਪਣਾ ਸਕਿਨਰ ਰਿਪੇਅਰ ਕਰਨਾ ਜਦੋਂ ਪੁਰਾਣੇ ਸੈੱਲ ਮਰ ਜਾਂਦੇ ਨੇ ਉਹ ਨਵੇਂ ਸੈੱਲ ਕ੍ਰੀਏਟ ਕਰਦਾ ਆਪਣੀ ਐਕਨੇ ਰਿਡਿਊਸ ਕਰਦਾ ਆਪਣੇ ਸਕਿਨ ਨੂੰ ਹਾਈਡਰੇਟ ਰੱਖਣਾ ਇਹ ਸਾਰਾ ਵਿਟਾਮਿਨ ਬੀ ਦਾ ਕੰਮ ਆ ਸੋ ਜਦੋਂ ਵਿਟਾਮਿਨ ਬੀ ਆਪਣੀ ਪੋਡਿਟੀ ਵਿੱਚ ਘਟ ਜਾਂਦਾ ਤਾਂ ਅਕਸਰ ਇਹ ਸਕਿਨ ਪ੍ਰੋਬਲਮਸ ਹੋਣ ਲੱਗ ਜਾਂਦੀਆਂ ਨੇ ਹਨਾ ਜਾਂ ਮਾਸਪਾੜਨ ਲੱਗ ਜਾਂਦਾ ਖੁਸ਼ਕੀ ਹੋਣ ਲੱਗ ਜਾਂਦੀ ਆ ਸੋ ਇਹ ਚੀਜ਼ ਤੁਸੀਂ ਫਿਕਸ ਕਰ ਸਕਦੇ ਹੋ ਵਿਟਾਮਿਨ ਬੀ ਪੂਰਾ ਕਰਕੇ ਆਪਣੀ ਬੋਡੀ ਤੇ ਵਿਟਾਮਿਨ ਬੀ ਹੁਣ ਕਾਫੀ ਫੂਡਸ ਚੋਂ ਤੁਸੀਂ ਲੈ ਸਕਦੇ ਹੋ ਜਿਵੇਂ ਕਿ ਮਿਲਕ ਹੋ ਗਿਆ ਐਵੋ ਯੋਗਰਟ ਹੋ ਗਿਆ ਐਗ ਹੋ ਗਿਆ ਸਪਿਨਚ ਹੋ ਗਈ ਤੇ ਜੇ ਤੁਸੀਂ ਖਾ ਲੈਨੇ ਹੋ ਬੀਫ ਚੋਂ ਵੀ ਤੁਸੀਂ ਵਿਟਾਮਿਨ ਬੀ ਲੈ ਸਕਦੇ ਹੋ ਤੋਂ ਵਿਟਾਮਿਨ ਬੀ ਪੂਰਾ ਹੋ ਗਿਆ ਜੋ ਤੁਹਾਡੀ ਬਾਡੀ ਚ ਆਹ ਪ੍ਰੋਬਲਮਸ ਘਟਣ ਲੱਗ ਜਾਣੀਆਂ ਨੇ ਤੇ ਤੁਹਾਡੇ ਸਕਿਨ ਤੇ ਖੁਸ਼ਕੀ ਵੀ ਘਟ ਹੋਇਆ ਕਰੂਗੀ ਤੁਸੀਂ ਨੋਟਿਸ ਕਰਨ ਲੱਗ ਜਾਣਾ ਵੀ ਇੰਪਰੂਵਮੈਂਟਸ ਹੋਣ ਲੱਗ ਗਿਆ ਤੁਸੀਂ ਕਦੇ ਨੋਟਿਸ ਕੀਤਾ ਕਿ ਤੁਸੀਂ ਆਪਦੇ ਨੌ ਵੱਲ ਦੇਖ ਰਹੇ ਹੋ ਤੇ ਨੌ ਦੇ ਵਿੱਚ ਇੱਕ ਚਿੱਟਾ ਜਿਹਾ ਦਾਗ ਹੁੰਦਾ ਹੈ ਨਾ ਇੱਕ ਨਿੱਕਾ ਜਿਹਾ ਨਿਸ਼ਾਨ ਹੁੰਦਾ ਹੁਣ ਜਿਹੜੀ ਫੋਟੋ ਤੁਹਾਨੂੰ ਸਕਰੀਨ ਤੇ ਦਿਖ ਰਹੀ ਹੈ ਤੁਸੀਂ ਇਹ ਦੇਖ ਕੇ ਸਮਝ ਗਏ ਹੋਵੋਗੇ ਇਹ ਉਦੋਂ ਹੁੰਦੀ ਆ ਜਦੋਂ ਆਪਣੇ ਸਰੀਰ ਵਿੱਚ ਜ਼ਿੰਕ ਦੀ ਘਾਟ ਹੁੰਦੀ ਆ ਅਕਸਰ ਜੋ ਬੰਦਾ ਛੋਟਾ ਹੁੰਦਾ ਉਦੋਂ ਦੀ ਚੀਜ਼ ਬਹੁਤ ਕਾਮਨ ਹੁੰਦੀ ਹੈ ਨਾ ਪਰ ਬੜਿਆਂ 'ਚ ਵੀ ਇਹ ਚੀਜ਼ ਹੁੰਦੀ ਹੈ ਕਿਸੇ 'ਚ ਵੀ ਹੋ ਸਕਦੀ ਹੈ ਆਪਣੇ ਸਰੀਰ 'ਚ ਜ਼ਿੰਕ ਘਟਾ ਤੇ ਤਾਂ ਹੋਇਆ ਕਿਉਂਕਿ ਆਪਾਂ ਮਿੱਠਾ ਬਹੁਤ ਖਾ ਰਹੇ ਆਂ ਆਪਾਂ ਉਹ ਚੀਜ਼ਾਂ ਬਹੁਤ ਕੰਜ਼ਿਊਮ ਕਰ ਰਹੇ ਆਂ ਜੀਚ ਹਾਈ ਲੈਵਲ 슈ਗਰ ਆ ਮੇਰੇ ਵੀ ਤੁਸੀਂ ਕਿਸੇ ਦੀ ਬਰਥਡੇ ਪਾਰਟੀ ਤੇ ਗਏ ਸੀ ਅੱਧਾ ਉੱਥੇ ਕੇਕ ਖਾ ਗਏ ਉਦੋਂ ਤਾਂ ਸਵਾਦ ਲੱਗਿਆ ਹੋਊਗਾ ਪਰ ਉਹ ਤੁਹਾਡੇ ਸਰੀਰ ਲਈ ਤੁਹਾਡੀ ਬਾਡੀ ਲਈ ਇੰਨਾ ਬੈਨੀਫੀਸ਼ੀਅਲ ਨਹੀਂ ਹੈਗਾ ਇੰਨਾ ਜ਼ਿਆਦਾ ਮਿੱਠਾ ਹੁਣ ਤੁਸੀਂ ਕੀ ਕਰ ਸਕਦੇ ਹੋ ਬੇਸਿਕਲੀ ਇਹ ਚੀਜ਼ ਨੂੰ ਫਿਕਸ ਕਰ ਲੈ ਹੁਣ ਇਹ ਜਿਹੜਾ ਦਾਗ ਆ ਤੁਹਾਡੇ ਨੋ ਉੱਤੇ ਹਨਾ ਇਹ ਸਰੀਰ ਤੁਹਾਨੂੰ ਮਤਲਬ ਸਿਗਨਲ ਭੇਜਦਾ ਵੀ ਜ਼ਿੰਕ ਦੀ ਘਾਟ ਆ ਤੇ 슈ਗਰ ਬਾਲੇ ਜਾਂਦਾ ਸੋ ਬੇਸਿਕਲੀ ਇਹ ਚੀਜ਼ ਤੁਸੀਂ ਕਿਵੇਂ ਫਿਕਸ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਆ ਮਿੱਠਾ ਘਟਾਓ ਜੇ ਤੁਸੀਂ ਜਿਆਦਾ ਮਿੱਠਾ ਖਾ ਰਹੇ ਹੋ ਤੁਹਾਨੂੰ ਆਲਰੇਡੀ ਪਤਾ ਹੋਊਗਾ ਤਾਂ ਸਭ ਤੋਂ ਪਹਿਲਾਂ ਤਾਂ ਆਪਦਾ ਮਿੱਠਾ ਘਟਾਓ ਤੇ ਉਹ ਫੂਡ ਖਾਓ ਜੀਚ ਜ਼ਿੰਕ ਜ਼ਿਆਦਾ ਹੈ ਜਿਵੇਂ ਕਿ ਓਟਮਿਲ ਹੋ ਗਿਆ ਸਵੀਟ ਕੌਰਨ ਹੋ ਗਿਆ ਇਥੇ ਵੀ ਸਪਿਨਚ ਆਉਂਦਾ ਬਰੋਕੋਲੀ ਹੋ ਗਿਆ ਤੇ ਫਿਰ ਮਸ਼ਰੂਮਸ ਹੋ ਗਏ ਚਿਕਨ ਹੋ ਗਿਆ ਬੀਫ ਹੋ ਗਿਆ ਕਾਫੀ ਲੋਕੋ ਕੇ ਜੇ ਤਾਂ ਆਪਣੇ ਸ਼ਰੀਰ ਵਿੱਚ ਕੋਈ ਕਮੀ ਹੁੰਦੀ ਆ ਕੋਈ ਵਿਟਾਮਿਨ ਘਟ ਹੁੰਦਾ ਮਿਨਰਲ ਘਟ ਹੁੰਦਾ ਉਹੋ ਚੀਜ਼ਾਂ ਦਵਾਈਆਂ ਲੈ ਕੇ ਪੂਰੀਆ ਕਰ ਲੈਂਦੇ ਨੇ ਜਾਂ ਕੈਪਸੂਲ ਖਾ ਲੈਂਦੇ ਨੇ ਨਾ ਡਾਕਟਰ ਪ੍ਰੈਸਕ੍ਰਾਈਬ ਕਰ ਦਿੰਦੇ ਚਲੋ ਉਹ ਵੀ ਮਾੜੀ ਚੀਜ਼ ਨਹੀਂ ਪਰ ਪਰ ਜੇ ਤੁਸੀਂ ਇਹ ਸਾਰੀਆਂ ਚੀਜ਼ਾਂ ਨਾਰਮਲ ਫੂਡ ਤੋਂ ਪੂਰੀਆ ਕਰ ਸਕਦੇ ਹੋ ਉਹ ਜ਼ਿਆਦਾ ਫਾਇਦਾ ਹੋਵੇ ਤੁਹਾਡੇ ਲਈ ਕਿਉਂਕਿ ਦਵਾਈਆਂ ਨੂੰ ਜੇ ਤੁਸੀਂ ਅਵੋਇਡ ਕਰ ਸਕਦੇ ਹੋ ਉਹ ਤੁਹਾਡੇ ਲਈ ਬੈਟਰ ਆ ਬਤ ਵਤ ਜੇ ਤੁਸੀਂ ਹੈਲਥੀ ਖਾਣਾ ਖਾ ਰਹੇ ਹੋ ਉਹ ਤੁਹਾਡੇ ਸਰੀਰ ਲਈ ਜ਼ਿਆਦਾ ਵਧੀਆ ਚੀਜ਼ ਆ। ਜਿਹੜੀ ਅਗਲੀ ਚੀਜ਼ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਉਹਦਾ ਪ੍ਰੋਪਰ ਡਿਫੀਨੀਸ਼ਨ ਹੁੰਦਾ ਬਲੀਡਿੰਗ ਗੰਮਸ। ਇਹ ਤੁਸੀਂ ਉਦੋਂ ਨੋਟਿਸ ਕਰ ਸਕਦੇ ਹੋ ਜਦੋਂ ਤੁਸੀਂ ਸਵੇਰੇ ਬਰਸ਼ ਕਰ ਰਹੇ ਹੁੰਦੇ ਹੋ। ਜੇ ਤੁਸੀਂ ਬਰਸ਼ ਕਰ ਰਹੇ ਹੁੰਦੇ ਹੋ ਤੇ ਬਰਸ਼ ਉੱਤੇ ਥੋੜਾ ਜਿਹਾ ਖੂਨ ਲੱਗਿਆ ਹੋਇਆ ਤੁਹਾਡੇ ਵੀ ਬਲੀਡਿੰਗ ਗੰਮਸ ਨੇ। ਏ ਬਲੀਡਿੰਗ ਗੰਮਸ ਬਹੁਤ ਕਾਮਨ ਚੀਜ਼ ਆ ਹਨਾ ਬਹੁਤ ਲੋਕਾਂ ਨੂੰ ਹੁੰਦੀ ਆ ਪਰ ਕਾਫੀ ਲੋਕ ਇਹਨੂੰ ਇਗਨੋਰ ਕਰ ਦਿੰਦੇ ਨੇ ਇਹ ਤੁਹਾਨੂੰ ਇਗਨੋਰ ਨਹੀਂ ਕਰਨੀ ਚਾਹੀਦੀ ਚੀਜ਼ ਕਿਉਂਕਿ ਅੱਗੇ ਜਾ ਕੇ ਸੀਰੀਅਸ ਵੀ ਹੋ ਸਕਦੀ ਆ ਹਨਾ ਤੁਹਾਨੂੰ ਕੋਈ ਖੂਨ ਦੀ ਪ੍ਰੋਬਲਮ ਵੀ ਆ ਸਕਦੀ ਆ ਜਾਂ ਤੁਹਾਡੇ ਵੈਸਕੂਲਰ ਸਿਸਟਮ ਚ ਕੋਈ ਸੀਰੀਅਸ ਇਸ਼ੂ ਬਣ ਸਕਦਾ ਸੋ ਇਹ ਬੇਸਿਕਲੀ ਤੁਹਾਨੂੰ ਸਿਗਨਲ ਕਰ ਰਿਹਾ ਕਿ ਤੁਹਾਡੀ ਬਾਡੀ ਚ ਵਿਟਾਮਿਨ ਸੀ ਦੀ ਘਾਟ ਆ ਵਿਟਾਮਿਨ ਸੀ ਤੁਸੀਂ ਕਿਵੇਂ ਪੂਰੀ ਕਰ ਸਕਦੇ ਹੋ ਵਿਟਾਮਿਨ ਸੀ ਤੁਹਾਨੂੰ ਗਰੇਪਸ ਚੋਂ ਮਿਲ ਸਕਦਾ ਔਰੈਂਜਸ ਚੋਂ ਮਿਲ ਸਕਦਾ ਸਟਰਾਬਰੀ ਚੋਂ ਮਿਲ ਸਕਦਾ ਐਵੋਕਾਡੋ ਚੋਂ ਮਿਲ ਸਕਦਾ ਕਿਉ ਵੀ ਚੋਂ ਵੀ ਮਿਲ ਸਕਦਾ ਤੋ ਤੁਸੀਂ ਨੋਟਿਸ ਕੀਤਾ ਹੋਊਗਾ ਜਿਆਦਾਤਰ ਇਥੇ ਫਰੂਟਸ ਨੇ ਸੋ ਵੱਤ ਵੱਦ ਫਰੂਟਸ ਖਾ ਕੇ ਵਿਟਾਮਿਨ ਸੀ ਤੁਸੀਂ ਪੂਰੀ ਕਰ ਸਕਦੇ ਹੋ ਖਾਸ ਕਰਕੇ ਔਰੈਂਜਸ ਅਗਲਾ ਆਪਣਾ ਪੁਆਇੰਟਰ ਹੈਗਾ ਮਸਲ ਸੋਰਨੈਸ ਤੁਸੀਂ ਕਦੇ ਨੋਟਿਸ ਕੀਤਾ ਜਦਨ ਤੁਸੀਂ ਥੋੜਾ ਜ਼ਿਆਦਾ ਕੰਮ ਕੀਤਾ ਹੋਵੇ ਜਾਂ ਖਾਸ ਕਰਕੇ ਜਦਨ ਤੁਸੀਂ ਕੁਝ ਭਾਰਾ ਚੱਕਿਆ ਹੋਵੇ ਹਨਾ ਭਾਰਾ ਕੰਮ ਕੀਤਾ ਹੋਵੇ ਜਾਂ ਨਾਰਮਲੀ ਤੁਸੀਂ ਆਪਣੇ ਜਿਮ ਜਾਂਦੇ ਹੋ ਆਪ ਦਾ ਵਰਕਆਊਟ ਕਰਦੇ ਹੋ ਤੇ ਬਾਅਦ ਚੋ ਦੂਏ ਦਿਨ ਜੋ ਤੁਸੀਂ ਉੱਠਦੇ ਹੋ ਤੁਹਾਡੇ ਮਸਲ ਦਰਦ ਬਹੁਤ ਕਰਦੇ ਹੁੰਦੇ ਨੇ ਇਹਨੂੰ ਕਹਿੰਦੇ ਨੇ ਮਸਲ ਸੋਰਨੈਸ ਸੋ ਬੇਸਿਕਲੀ ਜੋ ਬੰਦਾ ਨਾਰਮਲੀ ਜਿਮ ਜਾਂਦਾ ਦੂਏ ਦਿਨ ਥੋੜੇ ਬਹੁਤ ਮਸਲ ਦਰਦ ਕਰਦੇ ਹੁੰਦੇ ਨੇ ਇਹ ਚੀਜ਼ ਕਾਫੀ ਨਾਰਮਲ ਆ ਪਰ ਜੇ ਤੁਹਾਡੇ ਮਸਲ ਕਾਫੀ ਦਿਨਾਂ ਲਈ ਸੋਰ ਰਹਿੰਦੇ ਨੇ ਹਨਾ ਜੇ ਤੁਸੀਂ ਉਦਾਂ ਨਾਰਮਲ ਆਪਦੇ ਕੰਮ ਤੇ ਵੀ ਉਹ ਕੁਝ ਭਾਰਾ ਕੰਮ ਕਰ ਲਿਆ ਤੇ ਕਾਫੀ ਦਿਨਾਂ ਲਈ ਮਸਲ ਸੋਰ ਰਹੇ ਨੇ ਇਹਦਾ ਮਤਲਬ ਇਹ ਹੈ ਵੀ ਤੁਹਾਡੀ ਬਾਡੀ ਵਿਟਾਮਿਨ E ਡੈਫੀਸ਼ੈਂਟ ਆ ਥੋੜੀ ਬਾਡੀ ਚ ਵਿਟਾਮਿਨ E ਦੀ ਕਾਟਾ ਇਹ ਤੁਸੀਂ ਕਿਵੇਂ ਪੂਰੀ ਕਰ ਸਕਦੇ ਹੋ ਵਿਟਾਮਿਨ E ਤੁਸੀਂ ਵੱਤ ਵੱਦ ਹਰੀਆਂ ਚੀਜ਼ਾਂ ਖਾ ਕੇ ਪੂਰੀ ਕਰ ਸਕਦੇ ਹੋ ਵੱਤ ਵੱਦ ਹਰੇ ਹਰੇ ਵੈਜੀਟਬਲ ਸਖਾਓ ਪਰ অলਸੋ ਜਿਹੜੇ ਨਰਟਸ ਨੇ ਨਰਟਸ ਵੀ ਹੈਲਪ ਕਰਦੇ ਨੇ ਸੋ ਨਰਟਸ ਵੀ ਤੁਸੀਂ ਖਾ ਸਕਦੇ ਹੋ ਤੇ ਮਸਲ ਸੋਰਨੈਸ ਨਾਲ ਇਹ ਚੀਜ਼ ਹੈਲਪ ਕਰਦੀ ਹੈ ਨੈਕਸਟ ਆਪਣੀ ਗੱਲ ਹੁੰਦੀ ਹੈ ਹੱਡੀਆਂ ਤੇ ਜੇ ਤੁਸੀਂ ਆਪਣੇ ਪੈਰਾਂ ਪਰ ਬੈੰਦੇ ਹੋ ਤੇ ਤੁਸੀਂ ਨੋਟਿਸ ਕੀਤਾ ਵੀ ਬੰਦੇ ਸਾਰ ਜਿਹੜੇ ਤੁਹਾਡੇ ਗੋਡੇ ਨੇ ਉਹ ਖੜਕਾ ਕਰ ਰਹੇ ਨੇ ਹੱਡੀਆਂ ਆਵਾਜ਼ ਕਰ ਰਹੀਆਂ ਨੇ ਜਾਂ ਉਦਾਂ ਤੁਹਾਡੇ ਹੱਥ ਦੇ ਆਂਗੜਾ ਨੇ ਇਹ ਜਿਵੇਂ ਆਪ ਪੰਜਾਬੀ ਚ ਗਾ ਦੇ ਆਏ ਹੱਡੀਆਂ ਦੇ ਪਟਾਕੇ ਬਹੁਤ ਪੈ ਰਹੇ ਨੇ ਜਿਹੜੇ ਬੋਨਸ ਨੇ ਕ੍ਰੈਕ ਬਹੁਤ ਹੋ ਰਹੇ ਨੇ ਸੋ ਇਹ ਇੱਕ ਕਲੀਅਰ ਸਾਈਨ ਆ ਵੀ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਆ ਇਹ ਚੀਜ਼ ਤੁਸੀਂ ਸਹੀ ਕਰ ਸਕਦੇ ਹੋ ਜੇ ਤੁਹਾਡੇ ਸਰੀਰ ਚ ਕੈਲਸ਼ੀਅਮ ਪੂਰਾ ਹੋ ਜੇ ਦੁਆਰਾ ਤੋਂ ਕੈਲਸ਼ੀਅਮ ਕਿਵੇਂ ਪੂਰਾ ਕਰ ਸਕਦੇ ਹੋ ਕੈਲਸ਼ੀਅਮ ਤੁਸੀਂ ਪੂਰਾ ਕਰ ਸਕਦੇ ਹੋ ਇੱਕ ਤਾਂ ਹੋਰ ਮਿਲਕ ਐਡ ਕਰ ਸਕਦੇ ਹੋ ਆਪਣੀ ਡਾਇਟ ਵਿੱਚ ਪੀਨਟ ਬਟਰ ਵੀ ਐਡ ਕਰ ਸਕਦੇ ਹੋ ਤੇ ਓਵਰ ਆਲ ਹੋਰ ਡਾਇਰੀ ਪ੍ਰੋਡਕਟਸ ਤੇ ਮਿਲਕ ਪ੍ਰੋਡਕਟ ਜਦੋਂ ਕੈਲਸ਼ੀਅਮ ਪੂਰੀ ਹੋ ਗਈ ਤੁਹਾਡੇ ਸਰੀਰ ਵਿੱਚ ਵੀ ਜਿੰਨੀ ਉਹਨੂੰ ਚਾਹੀਦੀ ਆ ਉੰਨੀ ਹੋ ਗਈ ਫਿਰ ਉਹਨੇ ਤੁਹਾਡੀਆਂ ਹੱਡੀਆਂ ਤੱਕ ਪਹੁੰਚ ਜਾਣਾ ਤੇ ਇਹ ਤੁਹਾਡੀ ਪ੍ਰੋਬਲਮ ਫਿਰ ਘਟਣੀ ਚਾਹੀਦੀ ਆ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੀਆਂ ਅੱਖਾਂ ਬਾਰੇ ਇੱਥੇ ਹੁਣ ਦੋ ਚੀਜ਼ਾਂ ਮੈਂ ਹਾਈਲਾਈਟ ਕਰਨਾ ਚਾਹੁੰਦਾ ਪਹਿਲੀ ਤਾਂ ਇਹ ਹੈ ਜਦੋਂ ਆਪਣੀਆਂ ਅੱਖਾਂ ਸੁੱਜ ਜਾਂਦੀਆਂ ਨੇ ਥੋੜਾ ਬੋਤਾ ਰੰਗ ਵੀ ਡਾਰਕ ਹੋ ਜਾਂਦਾ ਤੇ ਹਲਕਾ ਹਲਕਾ ਜਿਹਾ ਰੈੱਡ ਹੁੰਦਾ ਕਾਫੀ ਲੋਕ ਇਹਨੂੰ ਇਹ ਚੀਜ਼ ਚ ਕੰਫਿਊਜ਼ ਕਰ ਦਿੰਦੇ ਨੇ ਵੀ ਰਾਤ ਨੂੰ ਨੀਂਦ ਨਹੀਂ ਵਧੀਆ ਆਉਂਦੀ ਹੈਗੀ ਤਾਂ ਅੱਖਾਂ ਇਦਾਂ ਹੋ ਜਾਂਦੀਆਂ ਨੇ ਪਰੇਦਾਨੀਗਾ ਇਹ ਤਾਂ ਮੈਂ ਬਾਚੋਂ ਹੁਣਾ ਦੂਸਰੀ ਚੀਜ਼ ਹੋਵਾ ਜਦੋਂ ਆਪਣੀ ਅੱਖਾਂ ਦੀ ਕਲੈਰਿਟੀ ਘਟਣ ਲੱਗ ਜਾਂਦੀ ਆ ਹੁਣ ਆਪਣੀ ਅੱਖਾਂ ਜਿਹੜੀਆਂ ਨੇ ਇਹਨਾਂ ਨੂੰ ਨਾਰਮਲੀ ਹਰ ਵੇਲੇ ਕਲੀਅਰ ਦਿਖਣਾ ਚਾਹੀਦਾ ਦਿਨੇ ਵੀ ਕਲੀਅਰ ਦਿਖਣਾ ਚਾਹੀਦਾ ਤੇ ਰਾਤ ਨੂੰ ਵੀ ਕਲੀਅਰ ਦਿਖਣਾ ਚਾਹੀਦਾ ਪਰ ਜਦੋਂ ਰਾਤ ਨੂੰ ਆਪਣੀ ਅੱਖਾਂ ਦੀ ਕਲੈਰਿਟੀ ਘਟ ਜਾਂਦੀ ਆ ਰਾਤ ਵਾਲੇ ਟਾਈਮ ਮੈਂ ਦੁਬਾਰਾ ਰਿਪੀਟ ਕਰਦਾ ਹਾਂ ਨਾ ਕਿਉਂਕਿ ਕਾਫੀ ਲੋਕ ਨਹੀਂ ਤਾਂ ਕਹਿਣਗੇ ਵੀ ਨਹੀਂ ਇਦਾਂ ਨਹੀਂ ਹੁੰਦਾ ਸੋ ਨਾਈਟ ਟਾਈਮ ਜਦੋਂ ਅੱਖਾਂ ਦੀ ਕਲੈਰਿਟੀ ਘਟ ਜਾਂਦੀ ਹੈ ਇਹਦਾ ਮਤਲਬ ਹੁੰਦਾ ਤੁਹਾਡੇ ਚ ਵਿਟਾਮਿਨ A ਦੀ ਘਾਟ ਆ ਕਾਫੀ ਲੋਕਾਂ ਨੂੰ ਇਹ ਚੀਜ਼ ਹੈਗੀ ਵੀ ਆ ਨੂੰ ਪਤਾ ਵੀ ਨਹੀਂ ਹੈਗਾ ਜਾਂ ਉਹ ਇਗਨੋਰ ਕਰ ਦਿੰਦੇ ਨੇ ਜਾਂ ਉਹਨਾਂ ਨੂੰ ਲੱਗਦਾ ਵੀ ਇਹ ਨਾਰਮਲ ਆ ਜੇ ਰਾਤ ਨੂੰ ਨਾਰਮਲ ਜੇ ਤੁਸੀਂ ਡਰਾਈਵ ਕਰ ਰਹੇ ਹੋ ਕਿਤੇ ਕੋਈ ਰੋਡ ਤੇ ਉੱਥੇ ਤੁਹਾਨੂੰ ਕਲੀਅਰ ਦਿਖਣਾ ਚਾਹੀਦਾ ਹਾਂ ਜੇ ਬਿਲਕੁਲ ਡਾਰਕ ਆ ਬਿਲਕੁਲ ਹਨੇਰਾ ਉੱਥੇ ਤਾਂ ਕੁਝ ਵੀ ਨਹੀਂ ਦਿਖਦਾ ਪਰ ਜੇ ਤੁਸੀਂ ਨਾਰਮਲ ਜੇ ਕਿਤੇ ਜਾ ਰਹੇ ਹੋ ਸਟਰੀਟ ਲਾਈਟਾਂ ਉੱਥੇ ਤਾਂ ਕਲੀਅਰ ਦਿਖਣਾ ਚਾਹੀਦਾ ਇਹ ਹੈਗੀ ਆ ਵਿਟਾਮਿਨ ਏ ਦੀ ਘਾਟ ਵਿਟਾਮਿਨ ਏ ਨੂੰ ਤੁਸੀਂ সুইਟ ਪੋਟੇਟੋ ਨਾਲ ਪੂਰਾ ਕਰ ਸਕਦੇ ਹੋ ਗਾਜਰਾਂ ਨਾਲ ਫਿਸ਼ ਆਇਲ ਹੋ ਗਿਆ ਐਗਸ ਹੋ ਗਏ ਬਰੋਕੋਲੀ ਹੋ ਗਏ ਇਹ ਸਾਰੀਆਂ ਚੀਜ਼ਾਂ ਨਾਲ ਤੁਹਾਡਾ ਵਿਟਾਮਿਨ ਏ ਵਧੂਗਾ ਹੁਣ ਜਿਹੜੀ ਪਹਿਲਾ ਇਕਦਾ ਮਤਲਬ ਇਹ ਹੈ ਕਿ ਆਪਣੀ ਬਾਡੀ ਚ ਪੋਟਾਸ਼ੀਅਮ ਤੇ ਸੋਡੀਅਮ ਦੀ ਘਾਟ ਆ ਪੋਟਾਸ਼ੀਅਮ ਤੇ ਸੋਡੀਅਮ ਆਪਾਂ ਕਿਵੇਂ ਪੂਰਾ ਕਰ ਸਕਦੇ ਆ ਇਹ ਚੀਜ਼ ਲਈ ਵੱਧ ਤੋਂ ਵੱਧ ਡਰਾਈ ਫਰੂਟ ਖਾਣਾ ਚਾਹੀਦਾ ਤੁਹਾਨੂੰ ਆਪਣੀ ਡਾਇਟ ਚ ਐਵੋਕਾਡੋ ਵੀ ਐਡ ਕਰ ਲੈਣਾ ਚਾਹੀਦਾ ਪੋਟੇਟੋਸ ਵੀ ਔਰ ਬਨਾਣਾ ਅਗਲੀ ਚੀਜ਼ ਜਿਹਦੇ ਬਾਰੇ ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਹੈਗੇ ਨੇ ਫਟੇ ਹੋਏ ਬੁੱਲ ਹੁਣ ਬਹੁਤ ਇਹ ਕਾਮਨ ਚੀਜ਼ ਆ ਹਰੇਕ ਬੰਦੇ ਨਾਲ ਮਿਲਦਾ ਇੱਕ ਨਾ ਇੱਕ ਵਾਰ ਤਾਂ ਇਹ ਚੀਜ਼ ਹੋਈ ਹੋਊਗੀ ਵੀ ਫਟੇ ਹੋਏ ਬੁੱਲ ਤੇ ਇਹ ਵੀ ਸੇਮ ਰੀਜ਼ਨ ਆ ਜਿਹੜੇ ਰੀਜ਼ਨ ਕਰਕੇ ਆਪਣੇ ਪੈਰਾਂ ਦੀ ਹੱਡੀ ਵੀ ਖਰਾਬ ਹੁੰਦੀ ਆ ਉੱਥੇ ਵੀ ਮਾਸ ਖਰਾਬ ਹੋਣ ਲੱਜਾਂਦਾ ਵੀ ਆਪਣੀ ਬਾਡੀ ਚ ਵਿਟਾਮਿਨ B ਦੀ ਘਾਟ ਆ ਹੁਣ ਜਿਵੇਂ ਕਿ ਮੈਂ ਪਹਿਲਾਂ ਕਿਹਾ ਸੀ ਵਿਟਾਮਿਨ B ਆ ਜਿਹੜਾ ਉਹ ਆਪਣੇ ਸਕਿਨਰ ਲਈ ਰਿਸਪੌਂਸਿਬਲ ਆ ਆਪਣੇ ਸਕਿਨ ਨੂੰ ਕਲੀਅਰ ਰੱਖਣਾ ਇਹਨੂੰ ਹਾਈਡਰੇਟ ਰੱਖਣਾ ਉਹ ਸਾਰਾ ਵਿਟਾਮਿਨ B ਦਾ ਕੰਮ ਹੁੰਦਾ ਤੇ ਜਦੋਂ ਉਹੋ ਹੁੰਦਾ ਤਾਂ ਉਦੋਂ ਆਪਾਂ ਨੂੰ ਅਕਸਰ ਸਕਿਨ ਪ੍ਰੋਬਲਮਸ ਆਉਣ ਲੱਗ ਜਾਂਦੀਆਂ ਨੇ ਸੋ ਵਿਟਾਮਿਨ ਬੀ ਤੁਸੀਂ ਪੂਰਾ ਕਰਕੇ ਇਹ ਚੀਜ਼ ਨੂੰ ਸਹੀ ਕਰ ਸਕਦੇ ਹੋ ਕਿ ਇਹ ਨੂੰ ਬੈਕ ਟੂ ਨੋਰਮਲ ਹੋ ਜਾਣਾ ਨੈਕਸਟ ਹੈਗਾ ਆਇਲੀ ਸਕਿਨ ਆਇਲੀ ਸਕਿਨ ਉਦੋਂ ਹੁੰਦਾ ਜਦੋਂ ਆਪਣੇ ਸਿਸਟਮ ਵਿੱਚ ਜਿਹੜੇ ਆਇਲ ਗਲੈਂਡਸ ਹੁੰਦੇ ਨੇ ਉਹਨਾਂ 'ਚ ਕੋਈ ਪ੍ਰੋਬਲਮ ਆ ਜਾਂਦੀ ਆ ਹੁਣ ਇਹ ਜਿਹੜੇ ਆਇਲ ਗਲੈਂਡਸ ਨੇ ਇਹਨਾਂ ਨੂੰ ਸਬੈਸ਼ੀਅਸ ਗਲੈਂਡ ਕਹਿੰਦੇ ਨੇ ਹੁੰਦਾ ਕੀ ਆ ਆਪਣੇ ਸਰੀਰ ਵਿੱਚ ਹਲਕੀ ਜੀ ਹਾਰਮੋਨ ਇੰਬੈਲੈਂਸਮੈਂਟ ਹੋ ਜਾਂਦੀ ਆ ਸੋ ਬੇਸਿਕਲੀ ਆਪਣਾ ਸਰੀਰ ਐਂਡਰੋਜਨ ਜ਼ਿਆਦਾ ਪ੍ਰੋਡਿਊਸ ਕਰਨ ਲੱਗ ਜਾਂਦਾ ਐਂਡਰੋਜਨ ਇਦਾਂ ਓਟਮੀਲ ਤੇ ਫੀਮੇਲਸ ਵਿੱਚ ਹੁੰਦਾ ਤੇ ਜਦੋਂ ਐਂਡਰੋਜਨ ਬਾੜਾ ਵੱਧ ਜਾਂਦਾ ਉਦੋਂ ਆਪਣਾ ਆਇਲੀ ਸਕਿਨ ਵੀ ਜ਼ਿਆਦਾ ਹੋਣ ਲੱਗ ਜਾਂਦਾ ਬੇਸਿਕਲੀ ਇਹ ਚੀਜ਼ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਹਾਂ ਇਹ ਚੀਜ਼ ਨੂੰ ਤੁਸੀਂ ਵੱਧ ਤੋਂ ਵੱਧ ਆਪਣੇ ਸ਼ਰੀਰ ਨੂੰ ਜ਼ਿੰਕ ਦੇ ਕੇ ਠੀਕ ਕਰ ਸਕਦੇ ਹੋ ਹੁਣ ਜਿਵੇਂ ਪਹਿਲਾਂ ਮੈਂ ਵੀਡੀਓ ਵਿੱਚ ਮੈਂਸ਼ਨ ਕੀਤਾ ਸੀ ਜ਼ਿੰਕ ਤੁਸੀਂ ਆਹ ਵਾਲੇ ਫੂਡਸ ਤੋਂ ਅਬਟੇਨ ਕਰ ਸਕਦੇ ਹੋ ਓਟਮੀਲ ਸਵੀਟ ਕੌਰਨ ਬਰੋਕਲੀ ਚਿਕਨ ਮਸ਼ਰੂਮਸ ਸੋ ਆਉਸ ਗਿਆ ਅੱਜ ਦੇ ਵੀਡੀਓ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਵੇ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਦੇ ਹੋ ਜੇ ਤੁਹਾਨੂੰ ਇਦਾਂ ਦੇ ਹੋਰ ਵੀਡੀਓਸ ਚਾਹੀਦੀਆਂ ਨੇ ਹੈਲਥ ਰਿਲੇਟਡ ਤਾਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਆਪਾਂ ਇਦਾਂ ਦਾ ਤੁਹਾਡੇ ਲਈ ਹੋਰ ਕੰਟੈਂਟ ਲੈ ਕੇ ਆਵਾਂਗੇ ਤੇ ਆਪਾਂ ਹੁਣ ਮਿਲਦੇ ਆਂ ਅਗਲੀ ਵਾਰ ਓਕੇ